ਅਕਾਲੀ ਦਲ ਆਪਣਾ 99 ਸਾਲਾਂ ਮਨਾਉਣ ਲੱਗਿਆ ਹੋਇਆ, ਐਂ ਲੱਗਦਾ ਕਿ 99 ਸਾਲਾਂ ਮਨਾਉਂਦਾ ਮਨਾਉਂਦਾ ਕਿਤੇ 99 ਦੇ ਚੱਕਰ ਵਿੱਚ ਵੀ ਪੈ ਗਿਆ। ਕਈ ਤਰ੍ਹਾਂ ਦੇ ਅੰਦਰੂਨੀ ਸੰਕਟ ਹੈਗੇ ਨੇ ਅਕਾਲੀ ਦਲ ਦੇ। 99 ਸਾਲਾਂ ਉੱਤੇ ਘੱਟੋ ਘੱਟ ਇਹ ਗੱਲ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਜਿਹਨੇ ਕਿ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਅਸੀਂ ਘੱਟ ਗਿਣਤੀਆਂ ਦੀ ਅਗਵਾਈ ਕਰਨ ਵਾਲੀ ਅਕਾਲੀ ਦਲ ਹੈਗੇ ਹਾਂ, ਅਸੀਂ ਜਿਹੜਾ ਹੈਗਾ ਦੱਬੇ ਕੁਚਲਿਆਂ ਨਾਲ ਖੜ੍ਹਨ ਵਾਲੇ ਹਾਂ, ਅਸੀਂ ਐਮਰਜੈਂਸੀ ਦੇ ਵਿਰੁੱਧ ਲੜਾਈਆਂ ਲੜੀਆਂ ਨੇ, ਜੇਲ੍ਹਾਂ ਕੱਟੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਤਾਂ ਪਤਾ ਨਹੀਂ ਆਪਣੇ ਆਪ ਨੂੰ ਇਸ ਤਰ੍ਹਾਂ ਗਰੀਬ ਨਿਵਾਜ ਬਣਾ ਕੇ ਵੀ ਪੇਸ਼ ਕਰਦੇ ਰਹੇ ਨੇ ਕਿ ਜਿਵੇਂ ਸਾਰੇ ਹੀ ਐਮਰਜੈਂਸੀ ਦੀ ਲੜਾਈ ਉਹਨਾਂ ਇਕੱਲਿਆਂ ਨੇ ਲੜੀ ਹੋਵੇ, ਬਾਕੀ ਅਕਾਲੀਆਂ ਦਾ ਵੀ ਜਿਹੜਾ ਯੋਗਦਾਨ ਮਨਫੀ ਕਰ ਦਿੰਦੇ ਹੈਗੇ ਨੇ। ਸੋ ਹੁਣ 99 ਸਾਲਾਂ ਦੇ ਦੌਰ ਦੇ ਵਿੱਚ ਅਕਾਲੀ ਦਲ ਬਾਰੇ ਇੰਨੀ ਚਰਚਾ ਤਾਂ ਹੋਣੀ ਲਾਜ਼ਮੀ ਹੈਗੀ ਆ ਕਿ ਅਕਾਲੀ ਦਲ ਹੈ ਜਿਹੜਾ, ਅਕਾਲੀ ਦਲ ਸੱਚੀ ਮੁੱਚੀ ਜਿਹੜਾ ਹੈਗਾ ਇਸ ਸਮੇਂ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਜਿਹਦਾ ਉਹ ਦਾਅਵਾ ਕਰਦਾ ਹੈਗਾ ਉਹਦੇ 'ਤੇ ਕਿੱਥੇ ਖਰਾ ਉਤਰਿਆ ਹੈਗਾ। ਅਕਾਲੀ ਦਲ ਨੇ ਸਿੱਧੇ ਤੌਰ ਉੱਤੇ ਇਹੀ ਰਿਹਾ ਅਕਾਲੀ ਦਲ ਦੀ ਪੁਜੀਸ਼ਨ, ਜੇ ਤਾਂ ਅਸੀਂ ਦੇਖਿਆ ਹੈਗਾ ਕਿ ਉਹ ਗੱਲ ਕਰਦਾ ਕਿ ਉਹ ਪੰਜਾਬ ਦੀ ਇੱਕ ਇਕਲੌਤੀ ਇਹੋ ਜਿਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਦਰਦ ਦੀ ਹਾਣੀ ਹੈ। ਇਹ ਹਾਣੀ ਹੂਣੀ ਵਾਲਾ ਚੱਕਰ ਤਾਂ 60ਵਿਆਂ ਦੇ ਵਿੱਚ ਹੀ ਲੈ ਜਾਂਦਾ ਹੈਗਾ, ਜਦੋਂ ਅਕਾਲੀ ਦਲ ਦੇ ਰਾਜ ਦੇ ਵਿੱਚ ਦੇਸ਼ ਭਗਤ ਬਜ਼ੁਰਗ ਆਗੂ ਬਾਬਾ ਬੂਝਾ ਸਿੰਘ, ਜਿਹਨੂੰ ਕਿ ਇਹਨਾਂ ਨੇ ਜਿਹੜਾ ਫਾਹੇ ਲਟਕਾ ਦਿੱਤਾ ਸੀਗਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਸ਼ਹੀਦ ਕਰ ਦਿੱਤਾ ਸੀਗਾ, ਇਹ ਅਕਾਲੀ ਦਲ ਦੇ ਵਿੱਚ ਹੀ ਹੋਇਆ ਸੀਗਾ। ਜਿਹਦੇ ਬਾਰੇ ਪੰਜਾਬੀ ਦੇ ਲੋਕ ਗਾਇਕ ਜਗਸੀਰ ਜੀ ਦੇ ਨੇ ਇੱਕ ਆਪਣੀ ਬੋਲੀ ਪਾਈ ਹੈ, ਕਮੈਂਟ ਕੀਤਾ, ਵਿਅੰਗ ਕੀਤਾ ਕਿ ਬਾਬੇ ਬੂਝੇ ਜਿਹਾ ਬੋਰਡ ਜਿਹਨਾਂ ਵੱਢਿਆ ਉਹ ਨੰਨੀ ਸ਼ਾਂ ਦੇ ਰੁੱਖ ਵੰਡਦੇ। ਇਹੀ ਅਕਾਲੀ ਦਲ 70ਵਿਆਂ 80ਵਿਆਂ ਵਿੱਚ ਆ ਕੇ ਇੱਕ ਵੱਖਰੇ ਰੂਪ ਵਿੱਚ ਸਾਨੂੰ ਦਿਖਾਈ ਦਿੰਦਾ ਹੈਗਾ, ਲੇਕਿਨ 70ਵਿਆਂ ਦੇ ਵਿੱਚ ਜੇਲ੍ਹਾਂ ਕੱਟਣੀਆਂ ਨੇ, ਬਿਲਕੁਲ ਐਮਰਜੈਂਸੀ ਵਿਰੁੱਧ ਲੜਾਈ ਲੜੀ ਆ। 80ਵਿਆਂ ਦੇ ਵਿੱਚ ਜਦੋਂ ਪੰਜਾਬ ਬਲ ਰਿਹਾ ਸੀ ਉਦੋਂ ਵੀ ਕੋਈ ਖਾਸ ਭੂਮਿਕਾ ਨਹੀਂ ਸੀ, ਕਦੇ ਅੰਦਰ ਖਾਤੇ ਗਰਮਪੰਥੀਆਂ ਦਾ ਦੇ ਹੱਕ 'ਚ ਬੋਲ ਦੇਣਾ, ਕਦੇ ਫਿਰ ਜਾ ਕੇ ਜਿਹੜਾ ਕੇਂਦਰ ਨੂੰ ਕਹਿਣਾ ਕਿ ਦੇਖੋ ਜੀ ਸਾਡੀ ਜਿਹੜੀ ਗਰਮਪੰਥੀਆਂ 'ਤੇ ਤੁਸੀਂ ਮਦਦ ਕਰੋ, ਇਸ ਤਰ੍ਹਾਂ ਦੀ ਅਕਾਲੀ ਦਲ ਦੀ ਭੂਮਿਕਾ ਰਹੀ ਹੈ। ਫਿਰ ਅਕਾਲੀ ਦਲ ਨੇ ਜਿਹੜਾ ਪੰਥ ਦਾ ਰਾਗ ਲਾਪ ਕੇ ਜਿਹੜਾ ਇਹ 90 ਤੱਕ ਚੱਲਦਾ ਰਿਹਾ, 97 ਦੇ ਵਿੱਚ ਉਹਨੇ ਬਹੁਤ ਸਾਰੇ ਵਾਅਦਿਆਂ ਨਾਲ ਸੱਤਾ ਵਿੱਚ ਆਇਆ ਸੀਗਾ, ਜਿਹਦੇ ਵਿੱਚ ਇਹੀ ਸੀਗਾ ਕਿ ਜਿਹੜੇ ਫਰਜ਼ੀ ਮੁਕਾਬਲੇ ਹੋਏ ਨੇ ਉਹਨਾਂ ਦਾ ਜਾਂਚ ਕਰਾਈ ਜਾਊਗੀ, ਇਹ ਕਰਾਂਗੇ ਉਹ ਕਰਾਂਗੇ, ਲੇਕਿਨ ਅਕਾਲੀ ਦਲ ਨੇ ਉਹਦੇ ਵਿੱਚ ਕੁਛ ਨਹੀਂ ਕੀਤਾ। ਉਹ 97 ਤੋਂ ਲੈ ਕੇ 2002 ਦਾ ਜਿਹੜਾ ਰਾਜ ਹੈ ਅਕਾਲੀ ਦਲ ਦਾ ਉਹ ਇਸੇ ਤਰ੍ਹਾਂ ਦੇ ਲਿਆ ਤਾਂ ਇਹੀ ਦਾਅਵਿਆਂ ਵਾਅਦਿਆਂ ਨਾਲ ਸੀਗਾ, ਲੇਕਿਨ ਉਹ ਜਿਹੜਾ ਇੱਦਾਂ ਹੀ ਲੰਘ ਗਿਆ। ਇੱਥੋਂ ਤੱਕ ਕਿ ਜਦੋਂ ਅਕਾਲੀ ਦਲ ਨੂੰ ਜਿਹੜਾ ਹੈਗਾ ਉਹਨਾਂ ਦੇ ਪੀੜਤ ਲੋਕਾਂ ਨੇ ਪੁੱਛਿਆ ਸੀਗਾ ਤਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੋਏ ਨਜ਼ਰ ਆਏ ਕਿ ਵੀ ਲੋਕੋ ਜਿਹੜੇ ਹੈਗੇ ਆ ਗੱਡੇ ਮੁਰਦੇ ਨਹੀਂ ਉਖਾੜੀ ਦੇ ਹੁੰਦੇ। 2002 ਦੇ ਵਿੱਚ ਕੈਪਟਨ ਅਮਰਿੰਦਰ ਦੀ ਗੌਰਮੈਂਟ ਆਈ, ਕੈਪਟਨ ਨੇ ਇੱਕਦਮ ਪੰਜਾਬ ਨੂੰ ਜਿਹੜਾ ਸਨਅਤੀਕਰਨ ਦੇ ਰਾਹ ਦੇ ਉੱਤੇ ਪਾ ਦਿੱਤਾ। 2007 ਦੇ ਵਿੱਚ ਜਦੋਂ ਫਿਰ ਅਕਾਲੀ ਦਲ ਦੀ ਸਰਕਾਰ ਆਈ ਅਤੇ ਅਕਾਲੀ ਦਲ ਨੇ ਜਿਹੜਾ ਆਪਣਾ ਪੰਥ ਵਾਲਾ ਪੱਤਾ ਪਰਾਂ ਮਾਰਿਆ ਅਤੇ ਉਸੇ ਤਰ੍ਹਾਂ ਉਹੀ ਸਨਅਤੀਕਰਨ ਦੀਆਂ ਲੀਹਾਂ ਨੂੰ ਅੱਗੇ ਲਿਆਂਦਾ, ਅੱਗੇ ਲੈ ਕੇ ਗਿਆ। ਉਹਦੇ ਵਿੱਚ ਉਸੇ ਰਾਜ ਦੇ ਵਿੱਚੋਂ ਹੀ ਕਈ ਤਰ੍ਹਾਂ ਦਾ ਕੁਝ ਸਾਹਮਣੇ ਆਇਆ, ਸੁਖਬੀਰ ਬਾਦਲ ਐਂਡ ਕੰਪਨੀ ਦੀ ਗੁੰਡਾਗਰਦੀ, ਉਹਨਾਂ ਦੇ ਸਟੂਡੈਂਟ ਫੈਡਰੇਸ਼ਨ ਦੀ ਗੁੰਡਾਗਰਦੀ, ਉਹਨਾਂ ਦੇ ਬਣਾਏ ਹੋਏ ਯੂਥ ਵਿੰਗਾਂ ਦੀ ਗੁੰਡਾਗਰਦੀ, ਬੱਸਾਂ ਉੱਤੇ ਕਬਜ਼ਾ, ਰੇਤ ਮਾਫੀਆ ਦਾ ਕਬਜ਼ਾ, ਇਹ ਸਾਰਾ ਕੁਝ ਜਿਹੜਾ ਅਕਾਲੀ ਦਲ ਦੇ ਰਾਜ ਵਿੱਚ ਹੋਇਆ, ਉਸ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਜੋ ਆਪਣੇ ਆਪ ਨੂੰ ਬਹੁਤ ਪੰਥਕ ਪਾਰਟੀ ਸਮਝਦਾ ਸੀ। ਸਭ ਤੋਂ ਵੱਡਾ ਗੁਨਾਹ ਤਾਂ 90ਵਿਆਂ ਵਿੱਚ ਉਹਨਾਂ ਨੇ ਫੇਫੇ ਕਰ ਲਿਆ ਸੀਗਾ ਬੀਜੇਪੀ ਨਾਲ ਗੱਠਜੋੜ ਕਰਕੇ, ਲੇਕਿਨ ਬੀਜੇਪੀ ਨਾਲ ਗੱਠਜੋੜ ਕਰਦੇ ਕਰਦੇ ਸੈਂਟਰ ਦੇ ਵਿੱਚ ਆਪਣੀ ਭਾਈਵਾਲੀ ਚਾਹੁੰਦੇ ਚਾਹੁੰਦੇ ਇਹ ਲਾਲਚ ਵਿੱਚ ਅਕਾਲੀ ਦਲ ਨੇ ਕਿੰਨਾ ਕੁਛ ਵਿਸਾਰ ਦਿੱਤਾ। ਫਿਰ ਅਕਾਲੀ ਦਲ ਨੇ ਉਸ ਮਾਮਲੇ ਵਿੱਚ ਉਹਨਾਂ ਸਮਿਆਂ ਵਿੱਚ 10 ਸਾਲਾਂ ਦੇ ਮੁੱਦਿਆਂ ਵਿੱਚ, ਚੰਡੀਗੜ੍ਹ ਦਾ ਮੁੱਦਾ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ, ਇਹ ਸਾਰੇ ਠੰਡੇ ਬਸਤੇ ਵਿੱਚ ਪਾ ਦਿੱਤੇ। 2000
14 ਦੇ ਵਿੱਚ ਜਦੋਂ ਨਰਿੰਦਰ ਮੋਦੀ ਨੂੰ ਜਿਹੜਾ ਪ੍ਰਧਾਨ ਮੰਤਰੀ ਐਲਾਨਿਆ ਗਿਆ ਉਦੋਂ ਹੁੱਬ ਕੇ ਜਿਹੜੀ ਸਪੋਰਟ ਕੀਤੀ ਇਹ ਵੀ ਭੁੱਲ ਗਿਆ ਕਿਉਂਕਿ 84 ਦੇ ਵਿੱਚ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ 2002 ਨੂੰ ਜਿਹੜਾ ਜਸਟੀਫਾਈ ਇੱਕ ਤਰ੍ਹਾਂ ਨਾਲ ਕਰਨ ਲੱਗ ਗਿਆ। ਦੇਖੋ ਜੀ ਕਿ ਮੋਦੀ ਸਾਹਿਬ ਤਾਂ ਬਹੁਤ ਵਧੀਆ ਬੰਦੇ ਨੇ, ਇਹਨਾਂ ਦੇ ਉੱਤੇ ਕਿਹੜਾ ਦੋਸ਼ ਸਾਬਤ ਹੋਇਆ ਵਾ, ਪੰਜਾਬ ਦੇ ਵਿੱਚ ਗੱਡੇ ਭਰ ਭਰ ਕੇ ਆਉਣਗੇ, ਟਰੱਕ ਭਰ ਭਰ ਕੇ ਆਉਣਗੇ ਪੈਸਿਆਂ ਦੇ। ਸਾਨੂੰ ਪਤਾ ਕਿ ਹੋਇਆ ਇਹ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੇਟ ਕਰਨੀ ਪੈਂਦੀ ਸੀ ਨਰਿੰਦਰ ਮੋਦੀ ਦੀ ਇਜਾਜ਼ਤ ਲੈ ਉੱਥੇ ਮੁੱਖ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਮਿਲਣ ਦੇ ਲਈ, ਉਹਨਾਂ ਦੀ ਉੱਥੇ ਜਿੰਨੀ ਬੇਇੱਜ਼ਤੀ ਹੋਈ ਲੇਕਿਨ ਫਿਰ ਵੀ ਬੇਸ਼ਰਮੀ ਦੀ ਹੱਦ ਇਹ ਰਹੀ ਕਿ ਉਹ ਕੰਮ ਕਰਦੇ ਰਹੇ। ਲੇਕਿਨ ਹੁਣ ਜਿਹੜੇ ਪਿਛਲੇ ਸਮੇਂ ਵਿੱਚ ਸਭ ਤੋਂ ਵੱਡੇ ਫੈਸਲੇ ਹੋਏ ਨੇ ਜਿਹੜੇ ਕਿ ਅਕਾਲੀ ਦਲ ਦੇ ਆਪਣੇ ਨਾਲ ਹੀ ਜੁੜੇ ਹੋਏ ਸੀ, ਇੱਕ ਤਾਂ ਧਾਰਾ 370 ਵਾਲਾ ਮਾਮਲਾ, ਧਾਰਾ 370 ਦੇ ਮਾਮਲੇ ਵਿੱਚ ਅਕਾਲੀ ਦਲ ਨੂੰ ਇਹ ਸਟੈਂਡ ਲੈਣਾ ਚਾਹੀਦਾ ਸੀਗਾ ਕਿ ਉਹਦੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਇਸ ਜਿਹੜਾ ਹੈਗਾ ਵਾ ਹਟਾਉਣ ਦੇ ਅਸੀਂ ਵਿਰੋਧ ਵਿੱਚ ਹੈਗੇ ਹਾਂ, ਕਿਉਂਕਿ ਅਕਾਲੀ ਦਲ ਤਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦਾ ਸੀਗਾ, ਰਾਜਾਂ ਨੂੰ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ। 60ਵੀਆਂ ਵਿੱਚ ਅਕਾਲੀ ਦਲ ਨੇ ਸਿੱਖ ਸਟੇਟ ਦੀ ਵੀ ਮੰਗ ਕੀਤੀ ਸੀ, ਸਿੱਖ ਸਟੇਟ ਦੀ ਮੰਗ ਉੱਤੇ ਲੜਾ ਆਪਣੀ ਜਿਹੜੀ ਹੈਗੀ ਆ ਚੋਣ ਲੜੀ ਸੀਗੀ। ਉਹ ਅਕਾਲੀ ਦਲ ਇੱਕ ਜਿਹੜਾ ਚੰਗੇ ਭਲੇ ਰਾਜ ਨੂੰ ਯੂਨੀਅਨ ਟੈਰੇਟਰੀ ਬਣਾਉਣ ਦੇ ਹੱਕ ਵਿੱਚ ਭੁਗਤਦਾ ਹੈਗਾ, ਉਹੀ ਅਕਾਲੀ ਦਲ ਜਿਹੜਾ ਹੈਗਾ ਜਦੋਂ ਪਹਿਲੇ ਦਿਨਾਂ ਵਿੱਚ ਤਾਂ 2-3 ਦਿਨ ਤਾਂ ਬੋਲੇ ਨਹੀਂ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ, ਚੁੱਪ ਰਹੇ ਜਿਵੇਂ ਸੱਪ ਸੁੰਘਿਆ ਹੋਵੇ। ਉਸ ਤੋਂ ਬਾਅਦ ਵਿੱਚ ਤਰ੍ਹਾਂ ਤਰ੍ਹਾਂ ਦੀ ਦਲੀਲਾਂ ਦੇ ਕੇ ਧਾਰਾ 370 ਅਤੇ 35 ਇਹਨੂੰ ਹਟਾਉਣ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ ਅਕਾਲੀ ਦਲ ਵਾਲੇ। ਅਤੇ ਦੂਜੀ ਜਿਹੜੀ ਗੱਲ ਹੈਗੀ ਆ, ਹੁਣ ਨਾਗਰਿਕ ਸੰਸ਼ੋਧਨ ਕਾਨੂੰਨ ਜਿਹੜਾ ਬਣ ਚੁੱਕਾ ਹੈਗਾ ਉਹਦੇ ਪੱਖ ਵਿੱਚ ਭੁਗਤੇ, ਉਸ ਤੋਂ ਬਾਅਦ ਵਿੱਚ ਕਹਿੰਦੇ ਰਹੇ ਨਹੀਂ ਜੀ ਅਸੀਂ ਚਾਹੁੰਦੇ ਹਾਂ ਵੀ ਇਹਦੇ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਪਰ ਸਵਾਲ ਇਹ ਹੈਗਾ ਭਾਈ ਕਿ ਜਿਹੜੀਆਂ ਚੀਜ਼ਾਂ ਦਾ ਪਹਿਲਾਂ ਹੀ ਜਿਹੜਾ ਆਧਾਰ ਸੀਗਾ ਅਤੇ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਉਲਟ ਕਿਉਂ ਨਹੀਂ ਗਏ ਹੈਗੇ, ਕਿਉਂਕਿ ਨਾਗਰਿਕਤਾ ਤਾਂ ਪਹਿਲਾਂ ਵੀ ਮਿਲ ਹੀ ਸਕਦੀ ਸੀਗੀ ਜਿਹੜੇ ਬਾਹਰੋਂ ਆਏ ਸ਼ਰਨਾਰਥੀਆਂ ਵਿੱਚੋਂ। ਅਤੇ ਚੰਦੂਮਾਜਰੇ ਨੇ ਇੱਥੋਂ ਤੱਕ ਵੀ ਮੂੰਹ ਹਿਲਾ ਦਿੱਤਾ ਕਿ ਅਸੀਂ ਤਾਂ ਜਿਹੜਾ ਇਹ ਬਿੱਲ ਸਾਡੇ ਕਰਕੇ ਹੀ ਆਇਆ ਹੈਗਾ। ਹੁਣ ਅਕਾਲੀ ਦਲ ਨੂੰ ਜਿਹੜਾ ਹੈਗਾ 99 ਸਾਲ ਹੋ ਚੁੱਕੇ ਨੇ, ਕਈ ਆਪਣੀ ਪੂਰੀ ਤਸਵੀਰ ਜਿਹੜੀ ਆਪਣਾ ਪੂਰਾ ਸਰੂਪ ਹੈ ਅਕਾਲੀ ਦਲ ਨੇ ਵਿਗਾੜ ਲਿਆ। ਹੁਣ ਘੱਟੋ ਘੱਟ ਉਹਨੂੰ ਇਹ ਚਿੰਤਨ ਕਰਨਾ ਜ਼ਰੂਰ ਬਣਦਾ ਕਿ ਅਕਾਲੀ ਦਲ ਦੇ ਲੀਡਰਾਂ ਨੂੰ, ਅਕਾਲੀ ਦਲ ਦੀ ਸੰਜੀਦਾ ਲੀਡਰਸ਼ਿਪ ਨੂੰ, ਉਹਦੇ ਵਿੱਚੋਂ ਆਵਾਜ਼ਾਂ ਤਾਂ ਉੱਠ ਰਹੀਆਂ ਹੈਗੀਆਂ ਨੇ, ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਹੈਗੀਆਂ, ਉਸ ਜੋ ਬਾਦਲ ਪਰਿਵਾਰ ਨੂੰ ਜਿਹੜਾ ਚੇਤਾਵਨੀ ਦੇ ਰਹੀਆਂ ਨੇ, ਬਾਦਲ ਪਰਿਵਾਰ ਦੇ ਵਿਰੋਧ ਵਿੱਚ ਖੜੀਆਂ ਨੇ। ਪਰ ਅਕਾਲੀ ਦਲ ਨੇ ਗਵਾਇਆ ਕੀ ਹੈ? ਹੁਣ ਤੁਸੀਂ ਇਹ ਕਿਹੜੇ ਮੂੰਹ ਨਾਲ ਕਹੋਗੇ ਕਿ ਅਸੀਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ ਹਾਂ, ਕਸ਼ਮੀਰ ਦੇ ਤੁਸੀਂ ਉਲਟ ਭੁਗਤੇ ਹੋ, ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਕਿ ਅਸੀਂ ਘੱਟ ਗਿਣਤੀਆਂ ਦੀ ਜਿਹੜੀ ਹੈਗੀ ਪਾਰਟੀ ਹੈਗੀ ਹਾਂ, ਇੱਥੇ ਤੁਸੀਂ ਜਿਹੜਾ ਬਿਲਕੁਲ ਚੁੱਪ ਰਹੇ ਹੋ, ਇਹ ਤੁਸੀਂ ਉਲਟ ਭੁਗਤੇ ਹੋ, ਇਸ ਮਾਮਲੇ 'ਚ ਵੀ ਸਰਕਾਰ ਨਾਲ ਖੜੇ ਰਹੇ ਹੋ, ਕੇਂਦਰ ਸਰਕਾਰ ਨਾਲ ਲਗਾਤਾਰ ਘੱਟ ਗਿਣਤੀਆਂ 'ਤੇ ਜ਼ੁਲਮ ਹੁੰਦਾ ਰਿਹਾ, ਲਿੰਚਿੰਗ ਹੁੰਦੀ ਰਹੀ ਆ, ਤੁਸੀਂ ਤੁਹਾਡੀ ਜ਼ਬਾਨ ਫਿਰ ਚੁੱਪ ਰਹੀ ਹੈਗੀ ਆ, ਉਦੋਂ ਬਾਅਦ ਵਿੱਚ ਅਕਾਲੀ ਦਲ ਜਿਹੜਾ ਕਿਹੜੇ ਮੂੰਹ ਨਾਲ ਕਹੇਗਾ ਕਿ ਅਸੀਂ ਜਿਹੜਾ ਹੈਗਾ ਪੰਜਾਬੀਆਂ ਦੀ ਪਾਰਟੀਆਂ ਜਾਂ ਪੰਥਕ ਪਾਰਟੀਆਂ? ਪੰਥਕ ਮੁੱਦੇ ਤਾਂ ਦੇ ਮਾਮਲੇ ਵਿੱਚ ਜਿਹੜਾ ਵਾਅਦਾ ਕੀਤਾ ਸੀ 90ਵਿਆਂ ਦੇ ਵਿੱਚ ਕਿ ਅਸੀਂ ਜਿਹੜਾ ਜਾਂਚ ਕਰਾਵਾਂਗੇ ਫਰਜ਼ੀ ਮੁਕਾਬਲਿਆਂ ਦੀ, ਅਕਾਲੀ ਦਲ ਉਹਦੇ ਵਿੱਚ ਚੁੱਪ ਹੈ। ਫਿਰ ਚੰਡੀਗੜ੍ਹ ਦੇ ਮਾਮਲੇ ਵਿੱਚ ਠੰਡੇ ਵਾਸਤੇ ਪਾਈ ਰੱਖਿਆ, ਜਦੋਂ 17 ਦੇ ਵਿੱਚ ਪਤਾ ਲੱਗਿਆ ਕਿ ਲੋਕਾਂ ਨੇ ਹੁਣ ਸਾਨੂੰ ਕੁੱਟ ਸੁੱਟਣਾ, ਉਦੋਂ ਜਾ ਕੇ ਜਿਹੜਾ ਹੈਗਾ ਆਪਣੇ ਜਿਹੜਾ ਚੋਣ ਮੈਨੀਫੈਸਟੋ ਦਾ ਮੁੱਦਾ ਬਣਾਇਆ। ਪਰ ਸਵਾਲ ਇਹ ਹੈਗਾ 12 ਵਿੱਚ ਚੋਣ ਮੈਨੀਫੈਸਟੋ ਦਾ ਮੁੱਦਾ ਨਹੀਂ ਬਣਿਆ, 2007 ਦੇ ਵਿੱਚ ਉਸ ਤਰ੍ਹਾਂ ਮੈਨੀਫੈਸਟੋ ਦਾ ਮੁੱਦਾ ਨਹੀਂ ਬਣਿਆ, ਕਿਉਂ ਨਹੀਂ ਬਣਿਆ? ਅਤੇ ਇਹਦੇ ਵਿੱਚ ਆਈਆਂ ਹੋਈਆਂ ਲੋਕ ਸਭਾ ਚੋਣਾਂ, 2009 ਦੀ ਲੋਕ ਸਭਾ ਚੋਣ ਉਹਦੇ ਵਿੱਚ ਨਹੀਂ ਬਣਿਆ ਮੁੱਦਾ, ਫਿਰ 2014 ਦੀ ਲੋਕ ਸਭਾ ਚੋਣ ਉਹਦੇ ਵਿੱਚ ਕੋਈ ਮੁੱਦਾ ਨਹੀਂ ਬਣਿਆ, ਇਹ ਕੀ ਸੀ? ਸੋ ਅਕਾਲੀ ਦਲ ਜਿਹੜਾ ਹੈਗਾ ਜਦੋਂ ਆਪਣੇ 99 ਸਾਲਾਂ ਮਨਾ ਰਿਹਾ ਤਾਂ ਇਹ ਵੀ ਲੱਗਦਾ ਕਿ ਜਿਵੇਂ 99 ਦੇ ਗੇੜ ਵਿੱਚ ਵੀ ਪੈ ਗਿਆ। ਫਿਲਹਾਲ ਅਕਾਲੀ ਦਲ ਨੂੰ ਚਿੰਤਨ ਦੀ ਲੋੜ ਹੈ ਕਿ ਉਹ ਕੀ ਸੀ ਅਤੇ ਕਿੱਥੇ ਪਹੁੰਚਿਆ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ, ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ
ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।